ਪੀਚੋ ਵੱਜਦੀ 540 ਪੀਚੋ ਜਦ ਪੀਚੋ ਕਹਿ ਦਿੰਦੇ ਆ ਜਿਹੜੇ ਤੇ ਮੋੜ ਕੇ ਮੁੰਡੇ ਥਾਰਾਂ ਵੀ ਬਣਾ ਲੈਂਦੇ ਆ ਹਾਂਜੀ ਹਾਂਜੀ ਟਾਇਰ ਟੂਰ ਪਵਾ ਕੇ ਬਣਾ ਲੈਂਦੇ ਬਾਈ ਹਾਂ ਫਿਰ ਇਹਨੂੰ ਵੀ ਥਾਰ ਕਹਿ ਲੈਂਦੇ ਆ ਇਹ ਜਦੋਂ ਦੀ ਲਈ ਆ ਬਈ ਕਰਮ ਵਾਲੀ ਆ ਇਹਨੇ ਬਹੁਤ ਤਰੱਕੀ ਦਿੱਤੀ ਆ ਗੱਡੀ ਨੇ ਬਾਈ ਹੁਣ ਕਹਿੰਦਾ ਵੇਚਣੀ ਨਹੀਂ ਇਹ ਬਸ ਰੱਖਣੀ ਆ ਇਹ ਆਹਾ ਮੰਗਦੇ ਬਹੁਤ ਆ ਸਾਨੂੰ ਦੇ ਦਿਓ ਸਾਨੂੰ ਵੀ ਵੇਚ ਦਿਓ ਪਰ ਨਹੀਂ ਬਈ ਮੇਜਰ ਫਰਕ ਵੀਰੇ ਐਂ ਆ ਕਿ ਬਈ ਪਿਛਲੇ ਜਿਵੇਂ ਆਪਾਂ ਕਹਿ ਨੇ ਪੁਰਾਣੀ ਚੀਜ਼ ਬਹੁਤ ਭਾਰੀ ਹੁੰਦੀ ਲੋਹਾ ਵਧੀਆ ਹੁੰਦਾ ਸੀ ਹੁਣ ਵਾਲੀ ਹੌਲੀ ਕਰਤੀ ਐ ਮਾਰੋ ਹੱਥ ਅੰਦਰ ਨੂੰ ਚੁੱਪ ਚੁੱਪ ਪੈ ਜਾਂਦੇ ਆ ਇਹ ਗੱਲ ਹੋਰ ਆ ਵੀਰੇ ਇਹ ਪੇਂਟ ਰੀਜਨਲ ਆ ਇਹ ਰੀਜਨਲ ਰੰਗ ਆ ਰੀਜਨਲ ਪੇਂਟ ਆ ਵੀਰੇ ਆਹਾ ਹਾਂਜੀ ਤੇ ਫਿਰ ਇਹਨਾਂ ਮੇਨਟੇਨ ਕਿਵੇਂ ਆ ਇਹ ਤੇ ਹੀ ਕਲੀਅਰ ਮਰਾਤੀ ਸੀ ਅੱਛਾ ਤੇ ਦੋ ਤਿੰਨ ਦਿਨ ਗਈ ਰਬਿੰਗ ਕਢਾਤੀ ਇਹਦੀ ਗੱਡੀ ਦੀ ਹਿੱਸੇ ਬਦਲਾਤੇ ਡਿਸਕ ਬ੍ਰੇਕਾਂ ਕਰਾਤੀਆਂ ਜੀ ਅੱਛਾ ਮਗਰਲੇ ਡਰਾਮਾ ਉਹ ਵੀ ਹਿੱਸਾ ਬਦਲਾਤਾ ਅੱਛਾ ਇੰਜਨ ਬਲੈਰੋ ਦਾ ਧਰਾਤਾ ਜੀ ਡੀਆਈ ਕਰਾਤੀ ਟਰਬੋ ਅੱਛਾ ਪਹਿਲੇ ਇੰਜਨ ਦੇ ਵਿੱਚ ਇਸ ਇੰਜਨ 'ਚ ਮੇਜਰ ਫਰਕ ਕੀ ਆ ਇਹ ਪੈਕਅਪ ਵੱਧ ਗਈ ਬਾ ਥਾਂ ਤੋਂ ਚਿੜੀ ਵਾਂਗੂ ਫਰਕ ਕਰਦੀ ਜੀ ਜਿਵੇਂ ਹੁਣ ਆ ਲਾਈਟਾਂ ਤੇ ਸੀਸੇ ਇਹ ਲੂਮੈਕਸ ਦੇ ਨੇ ਹਾਂ ਲੂਮੈਕਸ ਦੇ ਨੇ ਜੀ ਹਾਂ ਹਾਂਜੀ ਬਾਹਰਲਾ ਸੀਸਾ ਅੱਛਾ ਅੰਦਰ ਰਿਫਲੈਕਟਰੀ ਉਹ ਕੌਲੀ ਜੀ ਹਾਂਜੀ ਟੂਪਾਂ ਵੀ ਨਾਲ ਦੀਆਂ ਨੇ ਬਦਲਾਂਗੇ ਨਹੀਂ ਅਸੀਂ ਇਹ ਟਿਊਬਾਂ ਜਿਹੜੀ ਅੰਦਰ ਲੱਗੀਆਂ ਉਹ ਹਲੇ ਤੱਕ ਚੱਲਦੀਆਂ ਪਈਆਂ ਚੱਲਦੀਆਂ ਜੀ ਪੂਰੀਆਂ ਇਹ ਫਿਰ ਜਿਹੜੇ ਰਿਮ ਨੇ ਇਹ ਨਾਲ ਦੇ ਆ ਬਾਈ ਇਹਦੇ ਰਿਮ ਵੀ ਨਾਲ ਦੇ ਤੇ ਰੰਗ ਵੀ ਨਾਲ ਦੇ ਇਹ ਕਿਸੇ ਪਾਸੇ ਫਰੜ ਨਹੀਂ ਹੈਗਾ ਕਿਤੋਂ ਬੈਂਡ ਨਹੀਂ ਹੈਗੇ ਕਿਤੋਂ ਨਹੀਂ ਹਾਂ ਤੇ ਬਾਈ ਜਿਹੜਾ ਆਹ ਡੈਸ਼ਬੋਰਡ ਆ ਨਾ ਆ ਦੇਖ ਸਿੱਧਾ ਜਿਹਾ ਓਏ ਆ ਫੀਲਿੰਗ ਦਿੰਦਾ ਪੂਰੀ ਜੀਪ ਵਾਲੀ ਮੀਟਰ ਲੱਗੇ ਨੇ ਬਾਈ 5 ਹੈ 5 ਮੀਟਰ ਮੀਟਰ ਕਾਦਾ ਕਾਦਾ ਲੱਗਿਆ ਗੱਡੀ 'ਚ ਫਿਰ ਚਾਬੀਆਂ ਵੀ ਨਾਲ ਦੀਆਂ ਨੇ ਦੇਖੋ ਆਹਾ ਪਿੱਤਲ ਦੀਆਂ ਜੀ ਅੱਛਾ ਪਿੱਤਲ ਦੀਆਂ ਚਾਬੀਆਂ ਹਾਂ ਵੈਸੇ ਬਾਈ ਇੱਥੇ ਕਿੰਨਾ ਕੁ ਭਾਰ ਪਾ ਕੇ ਲੈ ਜਾਂਦੇ ਰਹੇ ਹੁਣ ਤੱਕ ਇਸ ਗੱਡੀ ਦੇ ਤੇ 12 13 ਕਮਾਂਟਲ ਦੀ ਮਸ਼ੀਨ ਹੁੰਦੀ ਆ ਅੱਛਾ ਉਹ ਇਹਦੇ ਬਸ ਹੁੱਕ ਤਾਈਓ ਹੁੱਕ ਅੱਛਾ ਤਾਈਓ ਇਹਦੇ ਪਿੱਛੇ ਹੁੱਕ ਲਾਈ ਹੋਆ ਹਨਾ ਹਾਂਜੀ ਜੇ ਬਈ ਆਪਾਂ ਚੱਕ ਕੇ ਦਿਖਾਉਨੇ ਆ ਕਿ ਨਾਰਮਲੀ ਆਪਾਂ ਜੀਪਾਂ ਦੇਖਦੇ ਆ ਨਾ ਜਾਂ ਪੁਰਾਣੀਆਂ ਗੱਡੀਆਂ ਦੇਖਦੇ ਮੇਜਰ ਵੀ ਦੇਖਦੇ ਆ ਮਹਿੰਦਰਾ ਦੀ ਬਹੁਤਿਆਂ ਦੀਆਂ ਗਲੀਆਂ ਹੁੰਦੀਆਂ ਨੇ ਥੱਲੇ ਹਾਂਜੀ ਤੇ ਤੁਹਾਡੀ ਗੱਡੀ ਕਿਸੇ ਪਾਸੇ ਜੰਗ ਨਹੀਂ ਖਾਧੀ ਉਹ ਇਹ ਜੰਗ ਸੰਭਾਲੀ ਬਹੁਤ ਹੈ ਗੱਡੀ ਦੀ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਤੇ ਗੱਲਬਾਤ ਆਏ ਆ ਬਾਈ ਜੀ ਖੜੇ ਆ ਮਾਲ ਵਿੱਚ ਜਗ੍ਹਾ ਹੈਗੀ ਆ ਭਗਤਾ ਜਿਹਨੂੰ ਕਹਿੰਦੇ ਭਗਤਾ ਭਾਈਕਾ ਤੇ ਉੱਥੇ ਖੜੇ ਆ ਫਰੇਮ ਦੇ ਵਿੱਚ ਬਾਈ ਜੀ ਆਹ ਦੇਖੋ ਰੰਗ ਪਹਿਲਾਂ ਕਿੰਨਾ ਸੋਹਣਾ ਆ ਜੀਪ ਖੜੀ ਆ ਮੇਰੇ ਕੋਲ ਇੱਦਾਂ ਦੀ ਜੀਪ ਆਪਣੇ ਦੁਆਬੇ ਏਰੀਏ ਦੇ ਵਿੱਚ ਬਹੁਤ ਟਾਮੀ ਦੇਖਣ ਨੂੰ ਮਿਲਦੀ ਮਾਲਵੇ ਏਰੀਏ ਦੇ ਵਿੱਚ ਵੀ ਬਹੁਤ ਟਾਮੀ ਦੇਖਣ ਨੂੰ ਮਿਲਦੀ ਖਾਸ ਕਰਕੇ ਇੱਦੀ ਇੰਨੀ ਓਰਿਜਨਲ ਹਾਲਤ ਦੀ ਇੰਨੀ ਸੋਹਣੀ ਜੀਪ ਇਹ ਜਿਹੜੇ ਸਾਡੇ ਬਾਈ ਦੀ ਆ ਬਾਈ ਸਾਡਾ ਬਾਈ ਇਕਬਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਬਾਈ ਤੁਹਾਡੀ ਘਰ ਦੀ ਜੀਪ ਆ ਇਹ ਹਾਂਜੀ ਇਹ ਕਿਹੜੇ ਸਨ ਦੀ ਆ ਇਹ 1996 ਮਾਡਲ ਆ ਬਾਈ ਹੈ ਵੈਸੇ ਮਾਡਲ ਕਿਹੜਾ ਆ ਜਿਵੇਂ ਕਹਿ ਦਈਏ ਕਿ ਬਾਈ ਜੀ ਇਹ ਉਹ ਜਿਹਨੂੰ ਮੇਜਰ ਕਹਿੰਦੇ ਉਹ ਆ ਕਿ ਹੋਰ ਆ ਇਹ ਪੀਚੋ ਵੱਜਦੀ 540 ਜਿਹਨੂੰ ਪੀਚੋ ਕਹਿ ਦਿੰਦੇ ਆ ਜਿਹੜੇ ਤੇ ਮੋੜ ਕੇ ਮੁੰਡੇ ਥਾਰਾਂ ਵੀ ਬਣਾ ਲੈਂਦੇ ਆ ਹਾਂਜੀ ਹਾਂਜੀ ਟਾਇਰ ਟੂਰ ਪਵਾ ਕੇ ਬਣਾ ਲੈਂਦੇ ਬਾਈ ਹਾਂ ਫਿਰ ਇਹਨੂੰ ਵੀ ਥਾਰ ਕਹਿ ਲੈਂਦੇ ਆ ਪਰ ਬਾਈ ਜੀ ਇਹਦੇ ਬਰੋਬਰ ਮੰਨ ਲਓ 22-23 ਮਾਡਲ ਥਾਰ ਖੜੀ ਕਰਦੀ ਹੈ ਮੇਜਰ ਫਰਕ ਕੀ ਆ ਮੇਜਰ ਫਰਕ ਵੀਰੇ ਐਂ ਆ ਕਿ ਬਈ ਪਿਛਲੇ ਜਿਵੇਂ ਆਪਾਂ ਕਹਿ ਨੇ ਪੁਰਾਣੀ ਚੀਜ਼ ਬਹੁਤ ਭਾਰੀ ਹੁੰਦੀ ਲੋਹਾ ਵਧੀਆ ਹੁੰਦਾ ਸੀ ਹੁਣ ਵਾਲੀ ਹੌਲੀ ਕਰਤੀ ਐ ਮਾਰੋ ਹੱਥ ਅੰਦਰ ਨੂੰ ਚੁੱਪ ਚੁੱਪ ਪੈ ਜਾਂਦੇ ਇਹ ਭਾਰੀ ਹੈ ਹਾਂਜੀ ਇਹ ਹੈ ਜਦੋਂ ਇਹ ਜੇ ਤੁਸੀਂ ਕਹਿੰਦੇ ਕਿ ਬਾਈ ਜੀ ਇਹ ਕਿਹੜੇ ਸਨ ਦੀ ਕਹਿੰਦੇ ਸੀ ਆਪਾਂ 1996 ਦੀ ਆ ਹਾਂਜੀ ਤੇ ਆਪਣੇ ਘਰੇ ਕਦੋਂ ਆਈ ਸੀ 1997 ਜੀ 97 ਚ ਆਈ ਸੀ ਸਾਲ ਉਹਨਾਂ ਨੇ ਚਲਾਈ ਅੱਛਾ ਤੇ ਥੋੜੀ ਚੱਲੀ ਸੀ ਨਵਾਂ ਬਾਅਦ ਚੋਂ ਸੀ ਲੈਂਦੀ ਆਹਾ ਹਾਂਜੀ ਜੇ ਮੰਨ ਲਓ ਉਦੋਂ ਤੋਂ ਹੁਣ ਤੱਕ ਇਸ ਗੱਡੀ ਦਾ ਬਦਲ ਕੀ ਦਿੱਤਾ ਫਿਰ ਬਸ ਇਹ ਹੋ ਗਏ 2-3 ਸਾਲ ਉਦੋਂ ਸਾਨੂੰ ਮਾੜਾ ਲੱਗਾ ਇਹਦੇ ਹਿੱਸੇ ਬਦਲਾ ਤੇ ਡਿਸਕ ਬ੍ਰੇਕਾਂ ਕਰਾਤੀਆਂ ਜੀ ਅੱਛਾ ਮਗਰਲੇ ਡਰਾਮਾ ਉਹ ਵੀ ਹਿੱਸਾ ਬਦਲਾਤਾ ਅੱਛਾ ਇੰਜਨ ਬਲੈਰੋ ਦਾ ਧਰਾਤਾ ਜੀ ਡੀਆਈ ਕਰਾਤੀ ਟਰਬੋ ਅੱਛਾ ਪਹਿਲੇ ਇੰਜਨ ਦੇ ਵਿੱਚ ਇਸ ਇੰਜਨ 'ਚ ਮੇਜਰ ਫਰਕ ਕੀ ਆ ਇਹ ਪੈਕਅਪ ਵੱਧ ਗਈ ਬਾ ਥਾਂ ਤੋਂ ਚਿੜੀ ਵਾਂਗੂ ਫਰਕ ਕਰਦੀ ਹੈ ਜੀ ਬਸ ਤੇ ਜਿਹੜਾ ਪਹਿਲਾ ਇੰਜਨ ਸੀਗਾ ਉਹ ਮਾੜੇ ਪੈਕਅਪ 'ਚ ਫਰਕ ਸੀ ਉਹ ਵੀ ਜੇ ਭਜਾਉਣੀ ਪੈ ਜੇ ਇਹ ਭੱਜਦੀ ਬਹੁਤ ਆ ਹੁਣ ਇਹ ਭੱਜਦੀ ਬਹੁਤ ਆ ਜਿਵੇਂ ਤੁਸੀਂ ਕਹਿੰਦੇ ਸੀ ਬਾਈ ਜੀ ਤੁਹਾਡੇ ਬਾਪੂ ਜੀ ਲੈ ਕੇ ਜਾਂਦੇ ਇਹਨੂੰ ਰਾਜਸਥਾਨ ਹਨਾ ਹਾਂਜੀ ਤੇ ਉਹ ਇਹ ਕਿਹੜੇ ਕੰਮ ਨੂੰ ਜਾਂਦੀ ਸੀ ਮੇਜਰ ਉੱਥੇ ਇਹਦੇ ਮਗਰ ਹੜੰਬੇ ਪਾਲੇ ਦੇ ਜਾਂ ਮੱਕੀ ਵਾਲੇ ਜਾਂ ਦੂਜੇ ਝੋਨੇ ਵਾਲੇ ਅੱਛਾ ਹਾਂਜੀ ਉਹ ਪਾਲੇ ਮੱਕੀ ਵਾਲੇ ਤੇ ਉਦੋਂ ਪੈਕਅਪ ਘੱਟ ਸੀ ਲੋਡ ਜਾਂ ਮੰਨਦੀ ਜਿਵੇਂ ਉੱਚੇ ਥਾਂ ਚੜ੍ਹਾਉਣੀ ਪੈ ਜੇ ਤਾਂ ਅੱਛਾ ਜਾਂ ਉੱਧਰ ਰੇਤਲੇ ਵਾਂਝੇ ਹੁੰਦੇ ਆ ਜਿਵੇਂ ਵਾਂਝ ਚਲੇ ਜਾਣੀ ਆ ਉੱਥੇ ਆਹਾ ਰਿਪੇਅਰ ਕਰਨੀ ਆ ਹੜੰਬੇ ਦੀ ਉਹਦੇ ਵਾਸਤੇ ਅੱਛਾ ਖੇਤ ਜੀ ਆਵੜਦੀ ਸੀ ਉੱਧਰ ਖੁੱਬ ਦੰਗਾਣੀ ਇਹ ਹਾਂਜੀ ਜਿਵੇਂ ਉਹ ਆਪਣੇ ਅੱਜ ਗੱਲ ਕਰਾਂ ਜਾਂ ਉਹ ਖੁੱਬ ਜਾਂਦੀਆਂ ਹਾਂਜੀ ਹਾਂਜੀ ਤੇ ਜਿਵੇਂ ਬਾਈ ਜੀ ਇੰਨੇ ਸਾਰ ਰੱਖ ਲਏ ਹਨਾ ਇਸ ਗੱਡੀ ਦਾ ਵੈਸੇ ਹੋਰ ਸੁੱਖ ਕੀ ਆ ਕਿ ਲੱਗਦਾ ਯਾਰ ਇਹ ਗੱਡੀ ਜਦੋਂ ਦੀ ਲਈ ਆ ਤਾਂ ਹੀ ਸਾਡਾ ਜੀ ਕੀਤਾ ਹੀ ਨਹੀਂ ਕਿ ਵੇਚ ਦਈਏ ਇਹਨੂੰ ਇਹ ਜਦੋਂ ਦੀ ਲਈ ਆ ਬਈ ਕਰਮ ਵਾਲੀ ਆ ਇਹਨੇ ਬਹੁਤ ਤਰੱਕੀ ਦਿੱਤੀ ਆ ਗੱਡੀ ਨੇ ਬਾਈ ਹੁਣ ਕਹਿੰਦਾ ਵੇਚਣੀ ਨਹੀਂ ਇਹ ਬਸ ਰੱਖਣੀ ਆ ਇਹ ਆਹਾ ਮੰਗਦੇ ਬਹੁਤ ਆ ਸਾਨੂੰ ਦੇ ਦਿਓ ਸਾਨੂੰ ਵੀ ਵੇਚ ਦਿਓ ਪਰ ਨਹੀਂ ਵੇਚਣੀ ਜੇ ਮੈਂ ਰੋਡ ਤੇ ਲੈ ਕੇ ਨਿਕਲਦੇ ਹੋ ਨਾ ਕਈ ਵਾਰ ਦੂਰ ਦੂਰ ਪਾਰ ਵੀ ਲੈ ਕੇ ਜਾਂਦੇ ਹੋ ਲੋਕ ਰੋਕਦੇ ਆ ਰੋਕਦੇ ਆ ਕਈ ਵਾਰੀ ਕਹਿੰਦੇ ਆ ਸਾਫ਼ ਗੱਡੀ ਕਿੰਨੀ ਵੀ ਸਾਨੂੰ ਵੇਚਣੀ ਆ ਇਹ ਪਰ ਅਸੀਂ ਕਹਿੰਦੇ ਨਹੀਂ ਜਾਂ ਬਾਈ ਨੂੰ ਪਾਉਂਦੇ ਆ ਕਿ ਹਾਂ ਇਹ ਨਹੀਂ ਸਾਫ਼ ਦੇਖ ਕੇ ਕਈ ਵਾਰੀ ਬੰਦਾ ਉਹ ਵੀ ਕਹਿ ਦਿੰਦਾ ਯਾਰ ਜੱਟੋ ਰੰਗ ਕਰਾਈਓ ਇਹ ਗੱਲ ਹੋਰ ਆ ਵੀਰੇ ਇਹ ਪੇਂਟ ਰੀਜਨਲ ਆ ਇਹ ਰੀਜਨਲ ਰੰਗ ਰੀਜਨਲ ਪੇਂਟ ਆ ਵੀਰੇ ਆਹਾ ਹਾਂਜੀ
अंदर वैसे जो चलाते बी मैं यार बी फीलिंग आँगी जिम्मे बलैरो च बैठे होंगे है ना किंजन की आवाज इमें फिर आह इंजन धराता है ना बलैरो का हाँ जी टर्बो डी आई इंजन जी ओ रखता है ना ये नवा ही धराता से फिर खुशी हुई संभाल है रिम गड्डी टायर ने ना गड्डी बाले सूबदे रिम आहाले टायर ये फिर जेडे रिम ने नाल दे भाई रिम भी नाल दे रंग भी नाल दे किसी पासे फरड़ नहीं है कि तो बेंड नहीं है कि तो नहीं जो अलाइनमेंट वगैरह या कुछ भी कराने व्हील बैलेंस रिम ऐ पूरा चलता है ऐ नहीं बंदा कहता कि माड़ा मोटा ऐ डोलदा रिम थोड़ा सही कराने वाला इतने साल हो गए गड्डी चलदी नूं भाई दूर और राजस्थान केड़ा नेड़े है भाई और रब दी तरी जाके डब वाली टप के फेर भाई बड़ना पैंदा उदू गां भी जाना हुंदा तुसी है ना ए राजस्थान जे बिहार च भी उठ जांदी है और हिमाचल च भी उठ जांदी जम्मू च भी दिल्ली धर नहीं लगे सी ਸਾਰੀਆਂ ਵਰਕਸ਼ਾਪ ਵਾਲੇ ਗਏ ਸੀ ਉੱਥੇ ਹਾਂਜੀ ਇਹ ਵੀ ਵਿੱਚ ਹੀ ਸੀ ਅੱਛਾ ਜੀ ਜਿਹੜੇ ਦੂਜਿਆਂ ਕੋਲੇ ਕਾਰ ਸੀ ਕਿਸੇ ਕੋਲ ਕੋਈ ਗੱਡੀ ਸੀਗੀ ਹਾਂਜੀ ਉਹ ਬਾਈ ਨੂੰ ਕਹਿੰਦੇ ਇਹ ਰਹਿ ਜੂਗੀ ਨਾਲ ਕਹਿੰਦੇ ਇਹ ਤਾਂ ਅੱਧੀ ਚ ਰਹਿ ਜੂਗੀ ਤੇ ਸਾਰਿਆਂ ਨੂੰ ਪਹਿਲਾਂ ਗਈ ਸੀ ਵਰਕਸ਼ਾਪ ਵਾਲੇ ਗਏ ਸੀ ਨਾ ਤੇ ਜਿਵੇਂ ਬਾਈ ਜੀ ਨਵੀਂ ਹੋਰ ਗੱਡੀ ਕਿਹੜੀ ਹੈ ਘਰੇ ਨਵੀਂ ਇਦੂ ਲਾਵਾ ਇੱਕ ਨੋਵਾ ਵੀਰੇ ਅੱਛਾ ਜਿਹੜੇ 2.5 ਜੀ ਜਿਹੜੇ ਕਹਿੰਦੇ ਉੱਚਾ ਮਾਡਲ ਉੱਚਾ ਮਾਡਲ ਆ ਹਨਾ ਉਹ ਵੀ ਹੈਗੀ ਸਾਡੇ ਕੋਲ ਜਦੋਂ ਬਾਈ ਉਹ ਚਲਾਉਨੇ ਹੋ ਹਨਾ ਤੇ ਆਹ ਚਲਾਉਨੇ ਹੋ ਫਰਕ ਕੀ ਲੱਗਦਾ ਦੋਨਾਂ ਦੇ ਵਿੱਚ ਅਸੀਂ ਮੋਗੇ ਕਈ ਵਾਰੀ ਜਦੋਂ ਜਾਂਦੇ ਸੀਗੇ ਕੰਮ ਉਹਦੇ ਚ ਗਿਆ ਸਵਾਦ ਜਾਣੀ ਆਉਂਦਾ ਇਹਦੇ ਚ ਪੂਰਾ ਜਦੋਂ ਕਈ ਵਾਰੀ ਛੱਡਦੇ ਜਾਂਦੇ ਗੱਡੀਆਂ ਗੁੱਡੀਆਂ ਕੱਟਦੀ ਜਾਂਦੀ ਹੈ ਨੂੰ ਆਉਣਾ ਬਾਈ ਜੀ ਆਹ ਇਹ ਜੂ ਵੀ ਫੀਲ ਜੀ ਆਉਂਦੀ ਆ ਅੱਛਾ ਫੀਲਿੰਗ ਆਉਂਦੀ ਇੱਕ ਵਾਰੇ ਜਿਹੜਾ ਹੁਣ ਪੁਲ ਜਿਹਾ ਨਹੀਂ ਬਣਿਆ ਮੋਗੇ ਵਾਲਾ ਸਾਈਡ ਜਿਹੜਾ ਬਾਈਪਾਸ ਜਾਂਦਾ ਹੁੰਦਾ ਉਹਦੇ ਬਹੁਤ ਡੂੰਘਾ ਥਾਂ ਸੀ ਥੱਲੇ ਉਹ ਅੱਛਾ ਲੋਕਾਂ ਦੀਆਂ ਕਾਰਾਂ ਤਾਂ ਉਹਨੂੰ ਜਾਂਦੀਆਂ ਜੀ ਨਾਲ ਮੇਰੇ ਘਰ ਦੇ ਬੈਠੇ ਮੈਨੂੰ ਗਾਲਾਂ ਕੱਢਣ ਕੀ ਕਰੀ ਜਾਂਦਾ ਤੂੰ ਮੈਂ ਵਿੱਚ ਤਾਰਤੀ ਰੋਡ ਤੇ ਇੰਨਾ ਨੀਵਾ ਥਾਂ ਸੀ ਇੰਨਾ ਆਇਆ ਹਾਂ ਉੱਤੇ ਸੜਕ ਬਣਦੀ ਸੀਗੀ ਵਿੱਚ ਬੱਜਰੀ ਬੁੱਜਰੀ ਮੈਂ ਵਿੱਚ ਤਾਰਤੀ ਕੱਲੀ ਜਾਂਦੀ ਸੀ ਗੱਡੀ ਅੱਛਾ ਨੁਕਸਾਨ ਕੀ ਹੁੰਦਾ ਵੈਸੇ ਗੱਡੀ ਨੂੰ ਇਹਨਾਂ ਨੂੰ ਜਦੋਂ ਆਪਾਂ ਚੌੜੇ ਟਾਇਰ ਪਾ ਦਿੰਦੇ ਆ ਉਹਨਾਂ ਹਿੱਸਿਆਂ ਦੇ ਉੱਤੇ ਉਹਨਾਂ ਦੇ ਹੀ ਬਈ ਅਸੀਂ ਤਾਂ ਇਹ ਪਵਾਏ ਨੀ ਜਿਸ ਤੱਕ ਸਾਨੂੰ ਮਿਲਦਾ ਗਾ ਜਾਂ ਤਾਂ ਉਹ ਗਾਰੇ ਨਾ ਭਰ ਦਿੰਦੇ ਜੀ ਜਿਵੇਂ ਕੋਈ ਬੱਜਰੀ ਵਗੈਰਾ ਵੱਜਦੀ ਪੇਂਟ ਨੂੰ ਡੈਮੇਜ ਕਰ ਦਿੰਦੀ ਆ ਗੱਡੀ ਨੂੰ ਹਨਾ ਹਾਂਜੀ ਤੇ ਬਈ ਫਿਰ ਤੇਲ ਦੇ ਵਿੱਚ ਕਿੰਨਾ ਕੁ ਫਰਕ ਪੈ ਗਿਆ ਇੰਜਨ ਬਦਲਾਉਣ ਦੇ ਨਾਲ ਗੱਡੀ ਨੂੰ ਤੇਲ ਦੀ ਨਹੀਂ ਜੀਨੀ ਬਸ ਬਲੈਰੋ ਦੀ ਐਵਰੇਜ ਹੁੰਦੀ ਉਹ ਵੱਧ ਗਈ ਉਹਦੀ ਘੱਟ ਸੀਗੀ ਉਹਦੀ ਘੱਟ ਸੀ ਨਾ ਪਿਕਅਪ ਜੀ ਹੈ ਨਹੀਂ ਸੀ ਉਹ ਇੰਜਨ ਦੀ ਤਾਂ ਕਰਕੇ ਇਹ ਰੱਖਿਆ ਤੇ ਮੇਨਟੇਨੈਂਸ ਦੋਨਾਂ 'ਚ ਫਰਕ ਕੀ ਆ ਉਹਦੇ ਨਾਲ ਉਹ ਇਹ ਵਧੀਆ ਲੱਗਿਆ ਆਹਾ ਕਿ ਉਹਦੇ ਇਸ ਇੰਜਨ ਦੇ ਵਿੱਚ ਸੁਧਾਰ ਆ ਹਨਾ ਹਾਂ ਸੁਧਾਰ ਤੇ ਉਸ ਇੰਜਨ ਦੇ ਵਿੱਚ ਚੰਗੀ ਗੱਲ ਕਿਹੜੀ ਸੀਗੀ ਉਹ ਚ ਬਸ ਦੇਖਣ ਨੂੰ ਆਏ ਕਹਿੰਦੇ ਬੰਦਾ ਕੀ ਕਰਨ ਵੀ ਮਿਲਦਾ ਔਖਾ ਉਹ ਹੀਟ ਲੱਗਦੀ ਸੀ ਵੀਰੇ ਇੰਜਨ ਪਹਿਲਾਂ ਹੀਟਰ ਪਹਿਲਾਂ ਟੀ ਦੀ ਆਵਾਜ਼ ਆਉਣੀ ਹੈ ਹਨਾ 15-20 ਸਕਿੰਟ ਉਹਨੂੰ ਭਾਵੇਂ ਬੰਦਾ ਮਗਰ ਆ ਜਾਏ ਫੜੋ ਇਹਨੂੰ ਉਹਦਾ ਹੀਟ ਲਾਹੀ ਜਾਗੇ ਸੀ ਸੈਲਫ ਮਾਰੋ ਸਟਾਰਟ ਆਹ ਤੇ ਜਿਵੇਂ ਭਾਈ ਇੱਥੇ ਖੜ ਕੇ ਦੇਖਦੇ ਆ ਨਾ ਆ ਪਿੱਛੇ ਕਮਾਨੀਆਂ ਨੇ ਇਹਦੇ ਹਾਂਜੀ ਇਹ ਨਾਲ ਇਹ ਜਿਹੜਾ ਹੁਣ ਹਿੱਸਾ ਬਦਲਾਇਆ ਇਹਦੇ ਸ਼ਾਕਰ ਵੀ ਆਈ ਮਗਰ ਅੱਛਾ ਸ਼ਾਕਰ ਵੀ ਮਗਰ ਵੀ ਸ਼ਾਕਰ ਆਈ ਆਹ ਇਹ ਬਾਅਦ ਚੋਂ ਕਰਾਇਆ ਨਾ ਇਹ ਸਾਰਾ ਬਾਅਦ ਚੋਂ ਡੱਬਲ ਹੀ ਕਰਾਈ ਸਾਰਾ ਕੰਮ ਉੱਥੇ ਕਰਾਇਆ ਆਹ ਤੇ ਨਾਲੇ ਉਹ ਵਿੱਕੀ ਪਿੱਛੇ ਆ ਕੇ ਦਿਖਾਈ ਕਿ ਮੈਨੂੰ ਐ ਲੱਗਾ ਮੈਂ ਕਿਹਾ ਜਿਵੇਂ ਬਾਈ ਹੁਣੀ ਗੇੜਾ ਡੱਬ ਵਾਲੀ ਮੋਗੇ ਲਾਉਂਦੇ ਰਹਿੰਦੇ ਨਾ ਜਿਹੜਾ ਆ ਉੱਪਰ ਕੱਪੜਾ ਲੱਗਿਆ ਖਰੇ ਨਵਾਂ ਲਵਾਇਆ ਨਹੀਂ ਨਹੀਂ ਵੀਰੇ ਨਾਲ ਦੇ ਹਾਂ
ਇਹ ਵੀ ਨਾਲ ਹੀ ਆ ਯਾਰ ਇਹ ਚੀਜ਼ਾਂ ਜੇ ਆਪਾਂ ਕੰਪਨੀ ਤੋਂ ਲਵਾਉਨੇ ਆ ਆਹ ਚੀਜ਼ਾਂ ਦੀ ਲਾਈਫ ਬਹੁਤ ਆ ਬਾਈ ਜੇ ਦੇਖਿਆ ਜਾਵੇ ਹਨਾ ਇਹ ਪਹਿਲਾਂ ਵਾਲੀ ਚੀਜ਼ ਆਪਾਂ ਕਹਿ ਦਿੰਦੇ ਓਲਡ ਇਜ਼ ਗੋਲਡ ਉਹ ਚੀਜ਼ ਹੀ ਹੈ ਯਾਰ ਪੁਰਾਣੀ ਚੀਜ਼ ਜਿਹੜੀ ਨਾਲ ਆਉਂਦੀ ਉਹੀ ਹੈ ਅੱਛਾ ਇੱਕ ਇਹ ਵੀ ਨਾਲ ਦੇ ਫਿਰ ਨਾ ਇਹ ਤਰੇੜ ਆਈ ਆਪਾਂ ਐ ਕਹਿ ਦੇ ਕਿ ਐ ਲੱਗਦਾ ਮੈਂ ਕੱਲ ਹੀ ਚੜਾ ਆਉਂਦਾ ਹੀ ਲੱਗਦਾ ਹਾਂ ਜਿਵੇਂ ਉਹ ਫਿੱਕੇ ਜੇ ਪੈ ਜਾਂਦੇ ਨੇ ਤਰੇੜ ਆ ਜਾਂਦੀਆਂ ਨੇ ਕਈ ਵਾਰੀ ਪਟਣੇ ਸ਼ੁਰੂ ਹੋ ਜਾਂਦੇ ਨੇ ਹੋਏ ਨਹੀਂ ਇੱਕ ਵਾਰ ਵੀ ਬਈ ਨਹੀਂ ਉਵੇਂ ਨਹੀਂ ਹੁੰਦਾ ਜਿਵੇਂ ਆਹ ਸ਼ੀਸ਼ਾ ਫਿਰ ਸ਼ੀਸ਼ੇ ਨਾਲ ਦੀ ਹੈ ਅੱਛਾ ਸ਼ੀਸ਼ਾ ਵੀ ਇਹਦੇ ਇੱਥੇ ਵੀ ਨਾਲ ਦੀ ਜਿਹੜੇ ਬਾਰੀਆਂ ਦੇ ਵਿੱਚ ਜਿਹੜੇ ਬਾਰੀਆਂ ਦੇ ਵਿੱਚ ਸ਼ੀਸ਼ੇ ਉਹ ਵੀ ਨਾਲ ਦੀ ਇਹ ਨਹੀਂ ਕਿ ਬਾਈ ਪਾਵਰ ਵਿੰਡੋ ਕਰਾ ਲਈ ਐ ਕਿਸੇ ਨੇ ਕਿਹਾ ਹੋਵੇਗਾ ਯਾਰ ਪਾਵਰ ਕਰਾ ਲਓ ਜੱਟੋ ਇਹਨੂੰ ਬਹੁਤ ਕਹਿੰਦੇ ਲੋਕ ਪਰ ਆਪਾਂ ਕੋਈ ਗੌਰ ਜੀ ਨਹੀਂ ਕਰਦੇ ਆਪਾਂ ਕਹਿੰਦੇ ਜਿਹੜੀ ਪੁਰਾਣੀ ਚੀਜ਼ ਹੁਣ ਫੀਲਿੰਗ ਆਈ ਤਾਂ ਘੁਮਾ ਕੇ ਚੱਕ ਲੈ ਇਹਦਾ ਸਵਾਲ ਆ 1997 ਲਿਖਿਆ ਹੋਇਆ ਵੀਰੇ ਹਾਂ ਅੱਛਾ ਅੰਦਰੋਂ ਪੜ ਸਕਦੇ ਆ ਕਿਆ ਦੇਖ ਜੱਟਾ 1997 ਲਿਖਿਆ ਹੋਇਆ ਸ਼ੀਸ਼ਿਆਂ ਦੇ ਉੱਤੇ ਹਨਾ ਤੇ ਬਾਈ ਜਿਹੜਾ ਆਹ ਡੈਸ਼ਬੋਰਡ ਆ ਨਾ ਆਹ ਦੇਖ ਸਿੱਧਾ ਜਿਹਾ ਓਏ ਆਹ ਫੀਲਿੰਗ ਦਿੰਦਾ ਪੂਰੀ ਜੀਪ ਵਾਲੀ ਮੀਟਰ ਲੱਗੇ ਨੇ ਬਾਈ 5 ਬਟਨ ਬੁਟਨ ਜੇ ਲੱਗੇ ਹੁੰਦੇ ਬੰਦਾ ਚਲਾਉਂਦਾ ਫਿਰ ਜਦੋਂ ਬਾਅਦ ਚਲਾਉਂਦੇ ਫਰਕ ਜਿਹਾ ਮਹਿਸੂਸ ਨਹੀਂ ਹੁੰਦਾ ਉਹਦਾ ਹੀ ਮੈਂ ਕਦੇ ਕਦੇ ਚਲਾਉਣਾ ਜੀ ਅੱਬਲ ਦੀ ਮੇਰੇ ਕੋਲ ਗੱਡੀ ਤਾਂ ਆਹੀ ਰੱਖੀ ਹੋਈ ਉਹ ਡੈਡੀ ਚਲਾਉਂਦਾ ਜੀ ਜੋ ਚ ਬਹਿ ਜਾਂਦੇ ਆ ਫੀਲਿੰਗ ਜੀ ਨਹੀਂ ਆਉਂਦੀ ਬੰਦਾ ਥੱਲੇ ਜੇ ਬਹਿ ਜਾਂਦਾ ਜਾਂ ਧਰਤੀ ਨਾਲ ਲੱਗਿਆ ਹੁੰਦਾ ਇਹ ਤਾਂ ਬੈਠਾ ਪਿਆ ਜਿਵੇਂ ਉੱਚੇ ਥਾਂ ਟਰੱਕ ਤੇ ਬੈਠਾ ਜਿਹੜੇ ਸੀਟਾਂ ਦੇ ਕੱਪੜੇ ਕੁਪੜੇ ਨੇ ਇਹ ਬਦਲਾਏ ਨੇ ਹਨਾ ਤੁਸੀਂ ਇਹ ਬਦਲਾਤੇ ਜੀ ਅਸੀਂ ਵਿੱਚੋਂ ਉਹ ਸੀਟਾਂ ਵੀ ਸਾਰੀਆਂ ਬਦਲਾਤੀਆਂ ਸੀਗੀਆਂ ਤੇ ਕੱਲੇ ਉੱਤੇ ਹੁਣ ਕੱਪੜੇ ਚੜਾ ਤੇ ਕੇ ਅੰਦਰ ਸ਼ੋ ਜੀ ਪਵੇ ਗੱਡੀ ਦੀ ਮਾੜੀ ਜੀ ਤੇ ਸਟੀਅਰਿੰਗ ਵੀ ਬਦਲਿਆ ਬਾਈ ਫਿਰ ਹਾਂਜੀ ਸਟੀਅਰਿੰਗ ਵੀ ਬਦਲਤਾ ਜੀ ਸਟੀਅਰਿੰਗ ਵੀ ਬਦਲਦਾ ਨਾ ਉਹ ਵੈਸੇ ਬਹੁਤੀਆਂ ਚੀਜ਼ਾਂ ਗੱਡੀ ਦੀਆਂ ਓਰੀਜਨਲ ਨੇ ਇਹਦੀਆਂ ਬਹੁਤ ਓਰੀਜਨਲ ਹੈ ਆਹ ਵੀ ਚੀਜ਼ ਨਾਲ ਜਾਂ ਟੂਲ ਵਿੱਚ ਨਾਲ ਦਿੰਦੇ ਸੀ ਕੰਪਨੀ ਵਾਲੇ ਉਹ ਵੀ ਟੂਲ ਨਾਲ ਦੇ ਲੋਕ ਵੀ ਨਾਲ ਦੇ ਸਾਰੇ ਇਹਦੇ ਥੱਲੇ ਟੂਲ ਆ ਹਾਂਜੀ ਟੂਲ ਹੈ ਅੱਛਾ ਇੱਥੋਂ ਖੁੱਲਦਾ ਜਿਵੇਂ ਅੱਛਾ ਆਹ ਜਿਵੇਂ ਪੀਚੋਆਂ ਦੇ ਵਿੱਚ ਆ ਚਾਬੀਆਂ ਵੀ ਨਾਲ ਦੀਆਂ ਨੇ ਦੇਖੋ ਆਹ ਪਿੱਤਲ ਦੀਆਂ ਜੀ ਅੱਛਾ ਪਿੱਤਲ ਦੀਆਂ ਚਾਬੀਆਂ ਹਾਂਜੀ ਅੱਛਾ ਟੂਲ ਅੱਛਾ ਮੈਨੂੰ ਚੇਤੇ ਆ ਗਿਆ ਆਪਣੀ ਕੋ ਜਿਹੜੀ ਪਹਿਲਾਂ ਥਾਰ ਹੁੰਦੀ ਸੀ ਉਹਦੇ ਪਰਲੇ ਪਾਸੇ ਹੁੰਦਾ ਸੀ ਉਧਰ ਉਹ ਵੀ ਖਰੇ ਪੀਚੋ ਦੀ ਬਣਾਈ ਸੀ ਪਰਲੇ ਪਾਸੇ ਵੀ ਹੈਗਾ ਇਹਦੇ ਕੁਛ ਐਵੇਂ ਨਹੀਂ ਪਰਲੇ ਪਾਸੇ ਉਹ ਖਾਲੀ ਹੈ ਉੱਥੇ ਹੁਣ ਐਂਪ ਵਗੈਰਾ ਤਾਂ ਅੱਛਾ 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 ਇੱਧਰ ਵੀ ਆਉਂਦਾ ਇਹਦੇ ਲੋਕ ਵੀ ਨਾਲ ਦੇ ਟੂਲ ਦੇ ਅੱਛਾ ਲੋਕ ਵੀ ਨਾਲ ਦੇ ਟੂਲ ਦੇ ਤੇ ਯਾਰ ਜਦੋਂ ਐ ਕੋਈ ਮੰਗਦਾ ਹੈ ਫੇ ਜੀ ਇਹਦਾ ਕਰਦਾ ਨਹੀਂ ਕਿ ਯਾਰ ਕਿ ਦੇ ਦਈਏ ਇੱਕ ਵਾਰੀ ਤਾਂ ਗੱਡੀ ਦੇ ਕੇ ਕੋਈ ਨਵੀਂ ਕਢਾ ਲਈਏ ਐ ਕਰਦਾ ਨਹੀਂ ਜੀ ਕਦੀ ਨਹੀਂ ਕਰਦਾ ਉਹ ਨੋਵਾ ਵਗੈਰਾ ਹੀ ਬਦਲਦੇ ਨੇ ਪਹਿਲਾਂ ਸਾਡੇ ਕੋਲ ਸਕਾਰਪੀਓ ਸੀਗੀ ਅੱਛਾ ਉਹ ਵੇਖ ਕੇ ਨੋਵਾ ਲੈਂਦੀ ਯਾਰ ਤੁਹਾਡੇ ਮਾਲਵੇ ਵਾਲਿਆਂ ਨੂੰ ਸਕਾਰਪੀਓ ਦਾ ਬੜਾ ਸ਼ੌਂਕ ਹੈ ਭਾਜੀ ਇਹ ਕਾਹਦੋਂ ਸਕਾਰਪੀਓ ਫਿਰ ਵਧੀਆ ਤੱਕੜਾ ਹੀ ਜਿੱਥੇ ਮਰਜ਼ੀ ਡੰਗਾ ਦਿਓ ਤੁਹਾਨੂੰ ਦੱਸਿਆ ਸੀਗਾ ਵੀ ਰਾਜਸਥਾਨ 'ਚ ਜਾਣਾ ਉੱਥੇ ਆਹਾ ਉਹਦੇ ਵਾਸਤੇ ਭਗਤ ਵੀਰ ਜਿਹੜੇ ਡੈਂਟਿੰਗ ਪੇਂਟ ਨੀ ਕਰਦੇ ਸਾਰੂ ਜੀ ਤਾਰਗੇ ਉਹਨਾਂ ਤੋਂ ਭਾਰੀ ਕਰਾਤੀ ਸੀਗੀ ਵਿੱਚੋਂ ਮਤਲਬ ਕਿ ਫੀਲਿੰਗ ਜਿਹਾ ਭਾਰੀ ਵੀ ਊਂ ਵੀ ਲੋੜ ਪੈਂਦਾ ਖੜਕਦੀ ਸੀਗੀ ਬਾਰੀ ਅੱਛਾ ਉਹਨੇ ਖੜਕਦੀ ਨਹੀਂ ਵੈਸੇ ਬਾਈ ਇੱਥੇ ਕਿੰਨਾ ਕੁ ਭਾਰ ਪਾ ਕੇ ਲੈ ਜਾਂਦੇ ਨੇ ਹੁਣ ਤੱਕ ਇਸ ਗੱਡੀ ਦੇ ਤੇ 12-13 ਅੰਕ ਮੰਟਲ ਦੀ ਮਸ਼ੀਨ ਹੁੰਦੀ ਆ ਅੱਛਾ ਉਹ ਇਹਦੇ ਬਸ ਹੁੱਕ ਤਾਈਓ ਹੁੱਕ ਅੱਛਾ ਤਾਈਓ ਇਹਦੇ ਪਿੱਛੇ ਹੁੱਕ ਲਾਈ ਹੋ ਹਨਾ ਹਾਂਜੀ ਤੇ ਇਦਾਂ ਵੀ ਹੁੰਦਾ ਸੀ ਬਾਈ ਕਿ ਕਦੀ ਗਰਮੀ 'ਚ ਗਏ ਹੋ ਤਾਂ ਇੰਜਣ ਹੀਟ ਹੋ ਗਿਆ ਜਾਂ ਕੁਝ ਹੋ ਗਿਆ ਗਰਮ ਹੋ ਗਿਆ ਨਹੀਂ ਕੋਹ ਨਹੀਂ ਹੁੰਦਾ ਕਦੀ ਕੁਝ ਨਹੀਂ ਹੋਇਆ ਨਾ ਇਹਨੂੰ ਨਹੀਂ ਤੇ ਉਹ ਵਿੱਕੀ ਉਹ ਨੇੜੇ ਆ ਕੇ ਦਿਖਾਈ ਜੱਟਾ ਇੱਧਰ ਆ ਓਏ ਆਹ ਦੇਖ ਜੇ ਬਈ ਆਪਾਂ ਚੱਕ ਕੇ ਦਿਖਾਉਂਦੇ ਆ ਕਿ ਨੋਰਮਲੀ ਆਪਾਂ ਜੀਪਾਂ ਦੇਖਦੇ ਆ ਨਾ ਜਾਂ ਪੁਰਾਣੀਆਂ ਗੱਡੀਆਂ ਦੇਖਦੇ ਮੇਜਰ ਵੀ ਦੇਖਦੇ ਆ ਮਹਿੰਦਰਾ ਦੀ ਬਹੁਤਿਆਂ ਦੀਆਂ ਗਲੀਆਂ ਹੁੰਦੀਆਂ ਨੇ ਥੱਲੇ ਹਾਂਜੀ ਤੇ ਤੁਹਾਡੀ ਗੱਡੀ ਕਿਸੇ ਪਾਸੇ ਜੰਗ ਨਹੀਂ ਖਾਧੀ ਉਹ ਇਹ ਜੰਗ ਸੰਭਾਲੀ ਬਹੁਤ ਹੈ ਗੱਡੀ ਦੀ ਹਾਂਜੀ ਇਹਦੇ ਤੇ ਜਿਹੜਾ ਕੱਪੜਾ ਬਣਾਇਆ ਨਾ ਉੱਤੇ ਤੁਸੀਂ ਦੇਖੋ ਉੱਥੇ ਹਾਂਜੀ ਉਹ ਵੀ ਪੂਰਾ ਵਧੀਆ ਹੈ ਪੱਟ ਨਾਲ ਉਹ ਨਹੀਂ ਉਹ ਵੀ ਰਾਜਸਥਾਨ 'ਚ ਬਣਾ ਕੇ ਲਿਆਂਦਾ ਹੈ ਇੱਥੇ ਤਾਂ ਬਣਾਉਂਦਾ ਹੀ ਨਹੀਂ ਉਹ ਇਹਨੂੰ ਟੱਕ ਕੇ ਖੜੀ ਕਰਦੇ ਹੋ ਫਿਰ ਹਾਂ ਉਹਦੇ ਹਾਂਜੀ ਪਾਣੀ ਬੂੰਦ ਹੀ ਨਹੀਂ ਆਉਂਦੀ ਪਾਣੀ ਦੇ ਵਿੱਚੋਂ ਹੀ ਰਾਜਸਥਾਨ ਉੱਠ ਜਾਈਦਾ ਜੀ ਕਦੇ ਕਦੇ ਇਹਨੂੰ ਲੈ ਜਾਈਦੇ ਠੰਡ ਠੁੰਡ ਚ ਗਰਮੀ ਤਾਂ ਔਖਾ ਕਰਦੀ ਹੈ ਏਸੀ ਕਰਕੇ ਔਖਾ ਕਰਦੀ ਆ ਥੋੜਾ ਜਿਹਾ ਹਨਾ ਇਹਦਾ ਬੋਨਟ ਬੰਦ ਕਰ ਦੇ ਬਾਈ ਇੱਕ ਵਾਰੀ ਜ਼ਰੂਰੀ ਤੇ ਹੁਣ ਜਿਹੜੇ ਬਾਈ ਸਾਡੇ ਦੇਖਦੇ ਪਏ ਨੇ ਹਨਾ ਜੇ ਮੰਨ ਲਓ ਬਾਈ ਜੀ ਕਿਸੇ ਨੇ ਇਹਦੇ ਨਾਲ ਦੀ ਗੱਡੀ ਹੁਣ ਇਹ ਤਾਂ ਚਲੋ ਨਹੀਂ ਫੋਰ ਸੇਲ ਹੈਗੀ ਹਨਾ ਜੇ ਇਹਦੇ ਨਾਲ ਦੀ ਇਸੇ ਹਾਲਤ ਦੀ ਸੇਮ ਟੂ ਸੇਮ ਗੱਡੀ ਕਿਸੇ ਨੇ ਲੱਭਣੀ ਹੋਵੇ ਜਾਂ ਲੈਣੀ ਹੋਵੇ ਅੰਦਾਜ਼ਾ ਹੈਗਾ ਯਾਰ ਬਾਈ ਇੰਨੇ ਕਦੀ ਮਿਲ ਜੂ ਹੈ ਅੰਦਾਜ਼ਾ ਤਾਂ ਜੀ ਹੁਣ ਇਹ ਬਹੁਤ ਜਿਵੇਂ ਮੋਗੇ ਵਗੈਰਾ ਹੀ ਉੱਠ ਜਾਂਦੇ ਜੀ ਬਹੁਤ ਜਣੇ ਦੇਣੇ ਇਹੋ ਜਿਹੀਆਂ ਗੱਡੀਆਂ ਡੈਂਟਿੰਗ ਪੇਂਟਿੰਗ ਤੇ ਲਾਗਾਂ ਹੁੰਦੀਆਂ ਜੀ ਜੇ ਕਿਸੇ ਦੀ ਹੁਣ ਸਾਡੇ ਵਾਂਗੂ ਜਿਵੇਂ ਕਿਸੇ ਦੀ ਘਰੇ ਸੰਭਾਲੀ ਹੋਵੇ ਗੱਡੀ ਉਹ ਤਾਂ ਸ਼ਾਇਦ ਉਹ ਵੀ ਬੰਦਾ ਵੇਚਦਾ ਨਹੀਂ ਜੀ ਕਿਉਂਕਿ ਉਹਨੂੰ ਕੀਮਤ ਪਤਾ ਹੈ ਗੱਡੀ ਦੀ ਕਿੰਨੀ ਹੋਊਗੀ ਅੰਦਾਜ਼ਾ ਇਹ ਤਾਂ ਜੀ ਹੁਣ ਕੀਮਤ ਤੇ ਮੂੰਹ ਮੰਗੀ ਆ ਇਹ ਕਹਿ ਸਕਦੇ ਆ ਉਹ ਵੇਚ ਨਹੀਂ ਸਕਦਾ ਗਾਂਹ ਵਾਲਾ ਬੰਦਾ ਹਾਂ ਇਹੋ ਜਿਹੀ ਗੱਲਬਾਤ ਹੈ ਇਹ ਚ ਆਹਾ ਹਾ ਚਲੋ ਫਿਰ ਐਂ ਕਰਦੇ ਆ ਜੱਟਾ ਓਏ ਇਦਾਂ ਕਰਦੇ ਵਿੱਚ ਗੋਪਰੋ ਲਾ ਦੇ
ਫਿਰ ਬਾਕੀ ਵੀਡੀਓ ਨਾਲੇ ਵਾਪਸ ਮੁੜਦੇ ਆ ਇੱਕ ਗੱਲ ਹੋਰ ਆ ਵੀਰੇ ਇਹ ਚ 1% ਦੀ ਸਾਊਂਡ ਨਹੀਂ ਆਉਂਦੀ ਇਹਦੇ ਵਿੱਚੋਂ ਬੰਦਾ ਕਹਿ ਰਿਹਾ ਕਿ ਖੜਕਾ ਕਰ ਗਈ ਗੱਡੀ ਆ ਰੁਕੀ ਫਿਰ ਕਰਦੇ ਫਿਰ ਕੈਮਰਾ ਅੰਦਰ ਲਾ ਕੇ ਅੰਦਰ ਹੀ ਕਰਦੇ ਆ ਵੀਡੀਓ ਫਿਰ ਅਗਲੀ ਹੈ ਥੋੜੀ ਮਰਜ਼ੀ ਚਲੋ ਆ ਜਾਓ ਫਿਰ ਚੱਲ ਵੀ ਕੀ ਹੋਈ ਲਾ ਕੈਮਰਾ ਅੰਦਰ ਫਿਰ ਨਾਲੇ ਉਧਰ ਨੂੰ ਚੱਲਦੇ ਆ ਵਰਕਸ਼ਾਪ ਵੱਲ ਨੂੰ ਤੁਹਾਡੀ ਨੂੰ ਨਾਲੇ ਵਿੱਚ ਕੈਮਰਾ ਫਿੱਟ ਕਰਦੇ ਆ ਇਹਦੇ ਜਦੋਂ ਆਹ ਚਲਾਉਂਦੇ ਆ ਏਦਾਂ ਇਹਦੇ ਬਰੋਬਰ ਕੋਈ ਥਾਰ ਚਲਾ ਲਈਏ ਜਿਹੜੀਆਂ ਸੀ ਆਰ ਡੀ ਵੀ ਆਈਆਂ ਮੁੜ ਕੇ ਐਮ ਆਉਕ ਵੀ ਆਈਆਂ ਹਨਾ ਤੇ ਫਰਕ ਕੀ ਹੈ ਚਲਾਉਣ ਦੇ ਵਿੱਚ ਏਦਾਂ ਜਿਹੜੀ ਆਵਾਜ਼ ਆਉਂਦੀ ਇੰਜਣ ਦੀ ਮਾੜੀ ਟਕ ਟਕ ਇਹਦੀ ਜਾਂ ਕੋਈ ਵੀ ਸਾਊਂਡ ਬਣਦੀ ਇੰਜਣ ਦੀ ਉਹ ਖੁਸ਼ ਜਿਹਾ ਕਰਦੀ ਦਿਲ ਨੂੰ ਕਿ ਯਾਰ ਰੇਸ ਦੇ ਕੇ ਹੋਰ ਵਧਾ ਦੇ ਗੱਡੀ ਨੂੰ ਹੋਰ ਆਵਾਜ਼ ਆਉਂਦੀ ਆ ਜਾਂ ਬੁਲਟ ਤੇ ਬੰਦਾ ਬਹਿ ਜਾਂਦਾ ਹੈਗਾ ਉਹ ਬੰਦਾ ਕਹਿੰਦਾ ਆਵਾਜ਼ ਸੋਹਣੀ ਹੈ ਯਾਰ ਉਵੇਂ ਸਵਾਦ ਹੁੰਦਾ ਇਹਨੂੰ ਚਲਾਉਣ 'ਚ ਤੇ ਦੂਜਾ ਉਹ ਵੀ ਗੱਲ ਆ ਯਾਰ ਇਹਦਾ ਸਟੀਅਰਿੰਗ ਪਾਵਰ ਨਹੀਂ ਹੈਗਾ ਬਈ ਹੈ ਇਹ ਸਟੀਅਰਿੰਗ ਇਰਾਦਾ ਤਾਂ ਬਣਿਆ ਸੀ ਮੁੜ ਕੇ ਨਾਲ ਦੀ ਅਸੀਂ ਰੱਖ ਲਿਆ ਜਿਹੜਾ ਨਾਲ ਦਿੱਤਾ ਸੀ ਉਹਨਾਂ ਨੇ ਗੱਡੀ ਵਾਲੇ ਅੱਛਾ ਅੱਛਾ ਹੁਣ ਬ੍ਰੇਕਾਂ ਦੇ ਵਿੱਚ ਬਹੁਤ ਫਰਕ ਪੈ ਗਿਆ ਇਸ ਹਿਸਾਬ ਨਾਲ ਬਦਲਾਉਣ ਦੇ ਨਾਲ ਹੀ ਸੀ ਹਾਂਜੀ ਵੀਰੇ ਯਾਰ ਇੱਕ ਨਾ ਮੈਨੂੰ ਪਹਿਲਾਂ ਮੁੰਡੇ ਦੱਸਦੇ ਹੁੰਦੇ ਜਿਨ੍ਹਾਂ ਦੇ ਕੋਲ ਇਹਦੇ ਨਾਲ ਵੀ ਆਉਂਦੀਆਂ ਸੀਗੀ ਪੀਜੋ ਹੁੰਦੀ ਸੀ ਜੇ ਕਿਸੇ ਕੋਲ ਮੇਜਰ ਹੁੰਦੀ ਸੀਗੀ ਬਈ ਮੋੜਦੇ ਆ ਤਾਂ ਐਂ ਸਿਰ ਦੇ ਮਾਰਦੀਆਂ ਨੇ ਬਈ ਪਹਿਲਾਂ ਮਾਰਦੀ ਸੀ ਇੱਦਾਂ ਪਹਿਲਾਂ ਕਰਦੀ ਹੁੰਦੀ ਆ ਵੈਸੇ ਉਹ ਕਰਦੀ ਕਾਹ ਤੋਂ ਹੁੰਦੀ ਹੈ ਇਹ ਅੱਛਾ ਹਾਂ ਕਵਾ ਟੱਬਾ ਤਾਂ ਘੱਟ ਫੀਲ ਹੁੰਦਾ ਬਈ ਤੁਹਾਡੀ ਗੱਡੀ ਕੋਲ ਨਹੀਂ ਕਵਾ ਟੱਬਾ ਵੀ ਘੱਟ ਫੀਲ ਹੁੰਦਾ ਜੇ ਮੈਨੂੰ ਕੱਢਦੇ ਹੋ ਝਟਕੇ ਝੁਟਕੇ ਘੱਟ ਲੱਗਦੇ ਹੋ ਇੱਕ ਵਾਰ ਤਾਂ ਰੋਕ ਆਪੇ ਲੋਕ ਆਪੇ ਰਾਹ ਵੀ ਛੱਡ ਦਿੰਦੇ ਨੇ ਗੱਡੀ ਦੇਖ ਕੇ ਹੈ ਏਦਾਂ ਦੀ ਆ ਫੀਲਿੰਗ ਤਾਂ ਬਾਈ ਪੂਰੀ ਗੈਂਗ ਦਾ ਬਸ ਹੀ ਬੁਰਾ ਵਾਲੀ ਆ ਤੁਹਾਡੀ ਹੈ ਆਹ ਗੱਡੀ ਦੇ ਨਾਲ ਕਿਹੜਾ ਮੀਟਰ ਦੀ ਵੀਜ਼ਾ 'ਚ ਗੱਲ ਦੱਸਦੇ ਸੀ ਹੈ ਤਾਂ ਮੀਟਰ ਦਾ ਪਤਾ ਨਹੀਂ ਕਿੰਨੀ ਵਾਰੀ ਘੁਮਾਤਾ ਦੁਬਾਰੇ ਉਹ ਕਾਹਤੋਂ ਮੀਟਰ ਆਏ ਜੀ ਹੁਣ ਹਜ਼ਾਰਾਂ 'ਚ ਆਈ ਲੱਖਾਂ 'ਚ ਹੈ ਨਹੀਂ ਇਹ ਹੁਣ 15,581 ਚੱਲ ਗਈ ਜੀ ਅੱਛਾ ਇਹਦੀ ਗੱਲ ਉਵੇਂ ਆਪਾਂ ਕਹਿ ਦਿਆਂ ਤਾਰ ਟੁੱਟ ਗਈ ਉਹ ਅਗਰ ਟੁੱਟਣ ਨਹੀਂ ਦਿੱਤੀ ਆ ਉਹ ਚੱਲੀ ਜਾਂਦਾ ਜੀ ਹੁਣ ਸਾਰੀਆਂ ਗੇਜਾਂ ਏ ਟੂ ਜੈਡ ਚੱਲਦੀਆਂ ਜੀ ਇਹਦੇ ਇਹ ਹੁਣ ਜਿਵੇਂ ਰਾਜਸਥਾਨ ਉੱਡ ਜਾਂਦੇ ਜੀ ਹੁਣ ਐਂ ਤਾਂ ਹੈ ਨਹੀਂ ਕਿ ਬੰਦਾ ਕਹਿੰਦਾ ਚੱਲ ਹੁਣ ਇੱਥੇ ਰੋਕ ਦਿਓ ਜਾਂ ਖੜਾ ਲਈਏ ਮੀਟਰ ਆਪਾਂ ਇਹ ਹੁਣ ਜ਼ੀਰੋ 'ਤੇ ਫਿਰ ਆ ਜਾਂਦੇ ਰੀਸੈਟ ਹੋ ਜਾਂਦਾ ਇਹ ਹੁਣ ਚਲਾਈ ਜਾਂਦੇ ਐਂ ਤਾਂ ਹੈ ਨਹੀਂ ਗੱਡੀ ਰੋਕ ਲਈਏ ਹੁਣ ਜ਼ੀਰੋ 'ਤੇ ਹੋ ਗਿਆ ਇਹ ਮੀਟਰ ਘੁੱਗੀ ਘੁੱਗੀ ਜਾਂਦਾ ਨਾ ਬਾਰੋ ਬਾਰੀ ਅੱਛਾ ਵੈਸੇ ਭਾਈ ਆਪਣੇ ਪੰਜਾਬ ਦੇ ਵਿੱਚ ਇਹਦੇ ਨਾਲ ਦੀਆਂ ਗੱਡੀਆਂ ਬਹੁਤੀਆਂ ਨੇ ਕਿ ਰਾਜਸਥਾਨ ਦੇ ਵਿੱਚ ਰਾਜਸਥਾਨ 'ਚ ਮੇਰੇ ਖਿਆਲ 'ਚ ਜ਼ਿਆਦਾ ਹੀ ਕਿਉਂਕਿ ਉੱਥੇ ਇਸ ਚੀਜ਼ ਦੀ ਡਿਮਾਂਡ ਹੀ ਵਾਲੀ ਹੈ ਕਿਉਂਕਿ ਇਹ ਰੇਤ 'ਚ ਖੜਦੀਆਂ ਨੇ ਗੱਡੀਆਂ ਇਹ ਰੇਤ 'ਚ ਲੰਘੇ ਦੀਆਂ ਹਵਾ ਵਾਂਗੂ ਅਤੇ ਫਿਰ ਉੱਥੇ ਲੋਕ ਸਾਂਭ ਸੰਭਾਲ ਕਰਦੇ ਜਿੱਦਾਂ ਆਪਾਂ ਕਰਕੇ ਰੱਖਦੇ ਹਾਂ ਇਹਦੀ ਰਾਜਸਥਾਨ ਦੇ ਵਿੱਚ ਜਾਂਦੇ ਹਾਂ ਆਪਣੇ ਵਰਗੀ ਸਾਂਭ ਸੰਭਾਲ ਵੀ ਕਰਦੇ ਹਾਂ ਕਿ ਭੰਨਦੇ ਨੇ ਜਿਵੇਂ ਹੁਣ ਆਪਾਂ ਕਈ ਵਾਰੀ ਦੇਖਦੇ ਹਾਂ ਸੋਹਣੀ ਨਹੀਂ ਹੁੰਦੀ ਕਿਤੇ ਜਵਾਲ ਪਈ ਗਿਆ ਕਦੇ ਬਹੁਤ ਸਾਡੇ ਦੇ ਅੰਦਰ ਕੱਪੜਾ ਪਾਇਆ ਵੀ ਉੱਥੇ ਹੁਣ ਕੀ ਪਤਾ ਕਿੱਥੇ ਖਿਲਾਰਦੇ ਆ ਲੋਕੀ ਉਹ ਹਾਂ ਇਹ ਤਾਂ ਹੈ ਸਾਰੇ ਪੰਜਾਬ ਚ ਬਹੁਤ ਨੇ ਪਰ ਸਾਨੂੰ ਐ ਹੁੰਦਾ ਬਾਈ ਜੀ ਕੋਈ ਵਧੀਆ ਕੋਈ ਨਵੀਂ ਕੋਈ ਚੱਜ ਦੀ ਚੀਜ਼ ਤੁਹਾਡੇ ਲਈ ਲੈ ਕੇ ਆਈਏ ਤੇ ਜੇ ਤੁਹਾਡੇ ਘਰੇ ਵੀ ਏਦਾਂ ਦੀ ਚੀਜ਼ਾਂ ਖੜੀਆਂ ਨੇ ਤਾਂ ਜ਼ਰੂਰ ਬਾਈ ਸਕਰੀਨ 'ਤੇ ਇੱਥੇ ਸਾਡੇ ਨੇ ਵਿੱਕੀ ਨੇ ਨੰਬਰ ਦੇ ਦੇਣੇ ਆ ਤੁਸੀਂ ਉੱਥੇ ਫੋਨ ਕਰ ਲਿਓ ਅਤੇ ਆਉਂਦੇ ਟਾਈਮ ਦੇ ਵਿੱਚ ਆਪਾਂ ਇੱਦਾਂ ਦੀਆਂ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਵਾਂਗੇ ਅਤੇ ਬਾਕੀ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਅਤੇ ਬਾਈ ਉਹਨਾਂ ਨੂੰ ਵੀ ਸਾਡੇ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ ਹੋ ਗਿਆ ਉਹ ਦੇਖੀ ਝੋਗੜੀ ਬਾਈ ਇੱਕ ਹੋਰ ਹੈ ਹਾਂਜੀ ਇੱਕ ਹੋਰ ਫਰਕ ਦੇਖ ਬਾਈ ਕਿੰਨਾ ਹੈ ਬਹੁਤ ਫਰਕ ਹੈ ਜੀ ਤਾਂ ਅੱਜ ਆਸ ਕਰਦੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੋਊਗੀ ਬਾਈ ਜੀ ਤਾਂ ਤੁਹਾਡਾ ਅਤੇ ਤੁਹਾਡਾ ਬਾਈ ਜੀ ਸਮਾਂ ਦੇਣ ਲਈ ਧੰਨਵਾਦ ਜੀ ਧੰਨਵਾਦ 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 ਜੀ